ਅਸੀਂ ਇਸ ਸਮੇਂ ਪੰਜਾਬ ਭਵਨ ਦੇ ਬਾਹਰ ਖੜ੍ਹੇ ਹਾਂ। ਪੰਜਾਬ ਭਵਨ ਵਿੱਚ ਅੱਜ ਪੰਜਾਬ ਦੀਆਂ ਕਿਸਾਨ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਔਰ ਮੁੱਖ ਮੰਤਰੀ ਦਾ ਜਿਹੜਾ ਕਾਫਲਾ ਹੈ ਉਹ ਇਸ ਮੀਟਿੰਗ ਵਿੱਚ ਭਾਗ ਲੈਣ ਲਈ ਪਹੁੰਚ ਗਿਆ ਹੈ। ਹਾਲਾਂਕਿ ਟ੍ਰੈਫਿਕ ਜਾਮ ਲੱਗ ਗਿਆ ਜਿਸ ਕਰਕੇ ਜਿਹੜਾ ਇਹ ਕਾਫਲਾ ਹੈ ਇਹ ਫਸ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਕਾਰ ਹੈ ਉਹ ਵਿੱਚ ਫਸ ਗਈ ਹੈ। ਹਾਲਾਂਕਿ ਇਹ ਬਹੁਤ ਵੱਡਾ ਜਿਹੜਾ ਸਿਕਿਉਰਿਟੀ ਲੈਪਸ ਹੈ ਪਰ ਫਿਰ ਵੀ ਕਾਫੀ ਮਤਲਬ ਕਿ ਜਦੋਜਹਦ ਤੋਂ ਬਾਅਦ ਜਿਹੜੀਆਂ ਇਹ ਗੱਡੀਆਂ ਜਿਹੜੀਆਂ ਉਹ ਅੰਦਰ ਜਾਣ ਦਿੱਤੀਆਂ ਜਾ ਰਹੀਆਂ। ਚਰਨਜੀਤ ਸਿੰਘ ਚੰਨੀ ਦੀ ਗੱਡੀ ਤੁਹਾਨੂੰ ਨਜ਼ਰ ਆ ਰਹੀ ਹੈ। ਚੰਨੀ ਸਾਹਿਬ ਬੈਠੇ ਨੇ ਇਸ ਜਿਹੜੀ ਇਹ ਮੀਟਿੰਗ ਹੈ ਇਹ ਬੜੀ ਇੰਪੋਰਟੈਂਟ ਮੀਟਿੰਗ ਹੈ ਔਰ ਇਸ ਤੋਂ ਪਹਿਲਾਂ ਉਹ ਗ੍ਰਾਹਕ ਗਰੁੱਪ ਦੀ ਜਿਹੜੀ ਮੀਟਿੰਗ ਹੈ ਚੰਨੀ ਸਾਹਿਬ ਦੇ ਰੈਜੀਡੈਂਸ 'ਤੇ ਹੋਈ ਹੈ। ਹੁਣ 32 ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੈ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਨਾਲ ਪੰਜਾਬ ਭਵਨ 'ਚ ਹੋਣ ਜਾ ਰਹੀ ਹੈ। ਉਸ ਵਿੱਚ ਕਈ ਵੱਡੇ ਫੈਸਲੇ ਜਿਹੜੇ ਆ ਲਿੱਤੇ ਜਾ ਸਕਦੇ ਨੇ। ਹਾਲਾਂਕਿ ਉਹ ਗ੍ਰਾਹਕ ਗਰੁੱਪ ਨੇ ਜਿੱਦਾਂ ਦੱਸਿਆ ਕਈ ਫੈਸਲਿਆਂ 'ਤੇ ਪਹਿਲੇ ਹੀ ਡਿਸੀਜਨ ਹੋ ਗਿਆ। ਜਿਹੜਾ ਮੁਆਵਜ਼ਾ ਵਧਾਉਣ ਦੀ ਗੱਲ ਸੀ ਉਹ 12,000 ਤੋਂ ਵਧਾ ਕੇ 17,000 ਕਰ ਦਿੱਤਾ ਗਿਆ ਅਤੇ ਹੋਰ ਜਿਹੜੇ ਕਾਫੀ ਜਿਹੜੇ ਡਿਸੀਜਨ ਹੈ ਉਹ ਹੋ ਗਏ ਨੇ ਅਤੇ ਸਾਡੇ ਨਾਲ ਕਿਸਾਨ ਆਗੂ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ, ਉਹਨਾਂ ਦਾ ਕੀ ਕਹਿਣਾ ਹੈ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਕਾਫੀ ਜਿਹੜੀ ਜਦੋਜਹਦ ਹੈ ਉਹ ਚੱਲ ਰਹੀ ਹੈ ਅਤੇ ਇਹਨਾਂ ਦਾ ਕੀ ਕਹਿਣਾ ਹੈ ਅਸੀਂ ਗੱਲਬਾਤ ਕਰਦੇ ਹਾਂ, ਦੇਖਦੇ ਹਾਂ। ਸਾਨੂੰ ਪਹਿਲਾਂ ਪੜਨ ਕਿਉਂ ਦਿੰਦੇ? ਸੀਐਮ ਜੀ ਪਿੱਛੇ ਆਉਂਦਾ ਜਿਹੜਾ ਪਹਿਲਾਂ ਆਉਂਦਾ, ਪਹਿਲਾਂ ਪੜਨ ਦੇਣ ਉਹਨਾਂ ਨੂੰ। ਗੇਟ ਤੋਂ ਅੰਦਰ ਐਂਟਰ ਕਰ ਰਿਹਾ ਸੀ ਔਰ ਸਿਕਿਉਰਿਟੀ ਗਾਰਡ ਗੱਲ ਕਹਿ ਰਿਹਾ ਕਿ ਪਿੱਛੇ ਹੋ ਜਾਓ। ਸੀਐਮ ਸਾਹਿਬ ਆ ਗਏ, ਸੀਐਮ ਵੀ ਸਾਡਾ ਹੀ ਚੁਣਿਆ ਹੋਇਆ। ਯਾਰ ਰਟੀਨ ਬਾਈ ਤੁਸੀਂ ਬਾਹਰ ਰਹੇ ਅੰਦਰ ਤੇ ਉਹਨਾਂ ਨੂੰ ਐਂਟਰ ਕਰੋ ਨਾ, ਸਾਨੂੰ ਬੁਲਾ ਕੇ ਬੇਇੱਜ਼ਤੀ ਕਰਦੇ ਫਿਰ ਇਹ। ਪਿੱਛੇ ਹਟ ਜਾਓ, ਧਕੇ ਰਹੇ ਇੱਕ ਤਰ੍ਹਾਂ ਦੀ, ਮੈਂ ਕਿਸਾਨਾਂ ਦੀ ਬੇਇੱਜ਼ਤੀ ਆ, ਕਿਸਾਨਾਂ ਦੀ ਬੇਇੱਜ਼ਤੀ ਕਰ ਰਿਹਾ, ਹੋਰ ਕੀ ਆ ਇਹ ਆਕੜਸ਼ਾਹੀ ਰਵੱਈਆ ਇਹਨਾਂ ਦਾ। ਪ੍ਰਸ਼ਾਸਨ ਦਾ ਹਾਲੇ ਤੱਕ ਵੀ ਮੈਨੂੰ ਲੱਗਦਾ ਕਾਇਮ ਆ ਇਹ। ਕਿੱਦਾਂ ਹੁਣ ਗੱਲ ਹੋ ਰਹੀ ਹੈ ਵੀ ਮੀਟਿੰਗ ਦਾ ਬਾਈਕਾਟ? ਜੀ ਬਿਲਕੁਲ ਬਾਈਕਾਟ ਕਰਾਂਗੇ ਹਾਲੇ ਤੱਕ ਜਿੰਨਾ ਚਿਰ ਕੋਈ ਗੱਲ ਨਹੀਂ ਕਰਦੇ। ਮਤਲਬ ਕਿ ਜਿਹੜੀ ਮਹੱਤਵਪੂਰਨ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਇਸ ਮੀਟਿੰਗ ਦਾ ਬਾਈਕਾਟ ਕਰਨਗੇ ਕੋਈ ਜਥੇਬੰਦੀਆਂ, ਕਿਉਂਕਿ ਇਹ ਅੰਦਰ ਜਾ ਰਹੀਆਂ ਸੀਗੀਆਂ, ਇਹਨਾਂ ਨੂੰ ਇਨਵੀਟੇਸ਼ਨ ਦੇ ਕੇ ਬੁਲਾਇਆ ਗਿਆ ਸੀ ਪਰ ਉਸੇ ਸਮੇਂ ਜਿਹੜਾ ਸੀਐਮ ਦਾ ਕਾਫਲਾ ਆ ਗਿਆ। ਸੀਐਮ ਦਾ ਕਾਫਲਾ ਜਿਹੜਾ ਜਾਮ ਤੇ ਫਸ ਗਿਆ ਜਿਸ ਕਰਕੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਧੱਕੇ ਮਾਰੇ ਗਏ ਔਰ ਹੁਣ ਕਿਹਾ ਜਾ ਰਿਹਾ ਵੀ ਅਸੀਂ ਮੀਟਿੰਗ ਦਾ ਬਾਈਕਾਟ ਕਰਾਂਗੇ। ਕਿਉਂ ਸਾਨੂੰ ਧੱਕੇ ਮਾਰੇ ਗਏ, ਸਾਡੀ ਕੋਈ ਇੱਜ਼ਤ ਕਿਉਂ ਨਹੀਂ ਕੀਤੀ ਗਈ, ਇਹ ਜਿਹੜੀ ਗੱਲਬਾਤ ਹੈ ਇਹ ਨਿਕਲ ਕੇ। ਬਾਈਕਾਟ ਇੱਧਰ ਆਓ, ਅਸੀਂ ਨਹੀਂ ਜਾਣਾ ਮੀਟਿੰਗ ਦੇ ਵਿੱਚ, ਬਿਲਕੁਲ ਨਹੀਂ ਮੀਟਿੰਗ ਜਾਣਾ। ਕਿਸਾਨ ਆ ਗਿਆ ਤਾਂ ਕਿਸਾਨ ਨੂੰ ਧੱਕੇ ਮਾਰਨਗੇ, ਅਸੀਂ ਨਹੀਂ ਜਾਵਾਂਗੇ, ਬਿਲਕੁਲ ਨਹੀਂ ਜਾਵਾਂਗੇ। ਬਿਲਕੁਲ ਨੀ ਜਾਣਾ ਜੀ ਮੀਟਿੰਗ, ਇਹਨੇ ਗੇਟ ਤੇ ਉਹਦੇ ਧੱਕੇ ਮਾਰੇ, ਤੁਸੀਂ ਪਰੇ ਹੋ ਜਾਓ, ਸੀਐਮ ਸਾਹਿਬ ਆ ਗਏ, ਇਹ ਧੱਕੇ ਮਾਰਦੇ ਕਿਸਾਨਾਂ ਨੂੰ, ਧੱਕੇ ਮਾਰ ਕੇ ਬਿਲਕੁਲ ਨੀ ਜਾਣਾ। ਸੀਐਮ ਆ ਗਿਆ ਤਾਂ ਸਾਡੇ ਤੇ ਕੀ ਲੱਗਾ ਉਹ? ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਵਿਰੋਧ ਕਰ ਦਿੱਤਾ ਇਸ ਮੀਟਿੰਗ ਦਾ ਔਰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਧੱਕੇ ਮਾਰੇ ਗਏ, ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਜਿਸ ਕਰਕੇ ਜਿਹੜਾ ਵਿਰੋਧ ਸ਼ੁਰੂ ਹੋ ਗਿਆ ਔਰ ਕਿਹਾ ਗਿਆ ਵੀ ਉਹ ਇਸ ਮੀਟਿੰਗ ਵਿੱਚ ਭਾਗ ਨਹੀਂ ਲੈਣਗੇ ਜਦ ਤੱਕ ਕਿ ਸਿਕਿਉਰਿਟੀ ਕਰਮਚਾਰੀ ਉਹਨਾਂ ਨੂੰ ਮਾਫੀ ਨਹੀਂ ਮੰਗਦੇ। ਸੀਐਮ ਸਾਹਿਬ ਬਾਹਰ ਆ ਕੇ ਇਹਨਾਂ ਨੂੰ ਨਹੀਂ ਮਿਲਦੇ, ਉਹਨਾਂ ਚਿਰ ਇਹ ਮੀਟਿੰਗ ਵਿੱਚ ਭਾਗ ਨਹੀਂ ਲੈਣਗੇ ਔਰ ਕਿਸਾਨਾਂ ਨੇ ਵਿਰੋਧ ਕਰ ਦਿੱਤਾ ਕਿਉਂਕਿ ਕਾਫਲਾ ਆ ਗਿਆ। ਐਗਰੀਕਲਚਰ ਮਿਨਿਸਟਰ ਬਾਹਰ ਆਏ ਨੇ, ਮਾਫੀ ਮੰਗ ਰਹੇ ਨੇ। ਮੈਂ ਤਾਂ ਹੀ ਤੁਹਾਡੇ ਕੋਲ ਆਇਆ, ਮੈਨੂੰ ਸੀਐਮ ਸਾਹਿਬ, ਕਿਉਂਕਿ ਸੀਐਮ ਸਾਹਿਬ ਦੇ ਆਉਣ ਤੇ ਧੱਕੇ ਵੱਜੇ ਆ, ਜੇ ਸੀਐਮ ਸਾਹਿਬ ਆਉਣਗੇ ਤਾਂ ਮੀਟਿੰਗ ਕਰਾਂਗੇ। ਤੇ ਮੈਂ ਸੀਐਮ ਸਾਹਿਬ ਨੂੰ ਸੱਦ ਲੈਣਾ, ਮੈਂ ਰਿਕੁਐਸਟ ਹੈ, ਮਾਫੀ ਵੀ ਮੰਗਦਾ ਜੇ ਤੁਹਾਨੂੰ ਕਿਸੇ ਨੇ ਧੱਕਾ ਮਾਰਿਆ। ਮੈਂ ਸੀਐਮ ਸਾਹਿਬ ਨੂੰ ਕਹਿੰਦਾ ਅਸੀਂ ਤੁਹਾਡੇ ਨਾਲ ਗੱਲ ਕਰਨ ਹੀ ਆਏ ਆ, ਠੀਕ ਹੈ, ਤੁਹਾਡਾ ਧੰਨਵਾਦ ਹੈ, ਪਰ ਅਸੀਂ ਬਿਲਕੁਲ, ਕਿਉਂਕਿ ਸੀਐਮ ਸਾਹਿਬ ਦੇ ਆਉਣ ਤੇ ਸਾਨੂੰ ਧੱਕੇ ਮਾਰੇ ਗਏ, ਸੀਐਮ ਸਾਹਿਬ ਕਬੂਲ ਕਰ ਭਈ ਉਹਨਾਂ ਨੇ ਸਿਕਿਉਰਿਟੀ ਨੇ ਗਲਤ ਕੀਤਾ, ਫਿਰ ਦੇਵਾਂਗੇ। ਮੈਂ ਆਪ ਤਾਂ ਹੀ ਤੁਹਾਨੂੰ ਲੈਣ ਆਇਆ। ਹਾਂਜੀ ਬਿਲਕੁਲ ਜੀ, ਨਹੀਂ ਅਸੀਂ ਸੀਐਮ ਸਾਹਿਬ ਨੂੰ ਵੀ ਮੈਂ ਬੇਨਤੀ ਕਰ ਦਿੰਦਾ ਜਾ ਕੇ ਅੰਦਰ, ਮੈਨੂੰ ਸੀਐਮ ਸਾਹਿਬ ਨੇ ਭੇਜਿਆ, ਉਹਨਾਂ ਨੇ ਭੇਜਿਆ, ਜੇ ਕਿਸੇ ਸਿਕਿਉਰਿਟੀ ਨੇ, ਮੈਂ ਤੁਹਾਡੇ ਤੋਂ ਪ੍ਰੈਸ ਦੇ ਸਾਹਮਣੇ ਮਾਫੀ ਮੰਗਦਾ, ਮੈਂ ਆਪ ਚਾਹੁੰਦਾ ਕਿ ਵੀ ਤੁਹਾਨੂੰ ਬੁਲਾਇਆ ਤਾਂ ਕਿ ਹੱਲ ਕਰ ਸਕੀਏ ਪੰਜਾਬ ਦਾ। ਨਹੀਂ ਯਾਰ, ਜੇ ਮਾੜੀ ਕਿਸੇ ਨੇ ਕਰਤਾ ਉਸ ਚ ਗਲਤੀ ਤਾਂ ਅਸੀਂ, ਸਾਡਾ ਮਨਸ਼ਾ ਥੋੜੀ ਹੈ ਤੁਹਾਨੂੰ, ਸਮੇਂ ਸਿਰ ਵੀਰ ਜੀ ਆਏ ਆ ਪਰ ਸਮੇਂ ਸਿਰ ਪਹੁੰਚਣ ਲੱਗੇ ਅੰਦਰ, ਕਰਮਵਾਰ ਜਾ ਰਹੇ ਨੇ ਚੈੱਕ ਕਰਾ। ਮੈਂ ਇਹ ਸੀਐਮ ਸਾਹਿਬ ਤੁਹਾਡੀ ਤੁਹਾਡੀ ਆਵਾਜ਼ ਵੀ ਪਹੁੰਚਵਾ ਦਿੰਦਾ, ਮੇਰੀ ਰਿਕੁਐਸਟ ਹੈ।
दो मिनट ठहर जाओ, मैं उन्हें जाके क्या ना ते एक एक बंदा अपने जथेबंदी का ले आयो मेरी हाथ जो मैं आप उन्हें जाके बेनती कर आप बेनती करके आना। मैं आप बतौर मंत्री उन्होंने नहीं भेजा की प्रॉब्लम पूछ के आओ, मैं तो भज के बाहर आए यार। मैं माफी चाहना भाई जी ने भी मारे, मैं तो माफी मांग लेना इस गलत करती अपनी उंगला बराबर नहीं। मैं सिक्योरिटी के तहत माफी मैं मंगी है ना यार, मैं सीएम साहब नू भी उन्होंने भी बेनती कर दी ठीक है। पंजाब दे एग्रीकल्चर मिनिस्टर ने माफी भी मंगी है और हालांकि किसान आगू मनन तैयार नहीं है। उन्होंने कहना है भी जो तक मुख्यमंत्री चरणजीत सिंह चन्नी बाहर नहीं आते उन्ना चिर जड़ी है वह अंदर नहीं जाएंगे। सीएम चन्नी साहब हूँ बाहर आ रहे हैं और चन्नी साहब जड़े है गेट से खड़े ने। मैं अपने कैमरामैन कहूँगा दिखा चन्नी साहब गेट से खड़े ने और माफ़ी मंगने लिए बाहर आए हैं। किसान आगू जड़े है अपनी जिद से अड़े हुए हैं। जो तक चन्नी साहब बाहर नहीं आते माफ़ी नहीं मांगते उन्ना चिर किसान आगू अंदर नहीं जाएंगे, मीटिंग में भाग नहीं लैन गए, जिस करके चरणजीत सिंह चन्नी साहब भी बाहर आ गए ने माफ़ी मंगने लिए और किसान आगुआ नाल गलबात करन लिए चन्नी साहब खुद बाहर आए ने। एक बहुत वड्डी गल है ओ यार हाले धक्के ना मारो, धक्के ना मारो, धक्के ना मारो, ओ धक्के ना मारो, सुन लो धक्का ना मारो, धक्का ना मारो। गल फिर तुम कहोगे सानू धक्के मारते हटो भाई उधर खड़े सर चलो कैमरे टीवी वाले पीछे हट जाओ यार रब करके सीएम साहब पहला मरा दस दादा करो यार हो की गल है गल चलो पीछे खड़े दो चलो यार चलो हो गया डिपने का काम भाई रब कर यार रा कर पीछे हो जाओ यार कमाल है यार कैमरे हट जाए नहीं है पीछे हट जाओ यार पीछे हो आओ सर आओ पीछे हट जाओ यार रणदीप सिंह ते सीएम साहब लगातार माफी मांग रहे ने किसान आगुआ तो और जेड़ा गुस्सा है वह लगभग शांत हुंदा नजर आ रहा और बेरका साहब भी नजर आ रहे ने माफी मांग के किसान आगुआ नू अंदर ले जाने की कोशिश हो रही है और किसान आगू जेड़े है जफ्फी पा के सीएम साहब अंदर लेके जा रहे ने। किसान अगुआ नू किसान अगुआ का जड़ा गुस्सा सीगा वो शांत हुंदा नज़र आ रहा और सीएम साहब काका रणदीप और वेरका साहब जड़े आ किसान अगुआ नू जफ्फी पा के जड़ा अंदर लैके जा रहे ने और जड़ा इन्हां दा गुस्सा सीगा वह लगभग शांत हो गया समाप्त हो गया और जड़ी मीटिंग दा बायकाट किया गया सीगा वह मीटिंग हुण दोबारा शुरू होण दा जड़ा माहौल है वह मंदा नज़र आ रहा। किसान आगुआ का जड़ा गुस्सा है वह शांत हो गया क्योंकि काका रणदीप वेरका साहब और खुद मुख्यमंत्री चरणजीत सिंह चन्नी जड़े है वह बाहर आए और किसान आगुआ जफ्फी पा के अंदर लैके गए ने माफ़ी मांग के अंदर लैके गए ने। सिक्योरिटी कर्मचारियों ने जोड़े धक्के मारे से गाला कटिया से उसके विरोध स्वरूप जोड़ा विरोध सगा वह दूर हो गया। हालांकि मीडिया में संबोधित कर रहे हैं चन्नी साहब आप उन्होंने गलबात करते देखते की कहते हैं आगुआ किसान आगुआ सीएम साहब खुद लैके गए ने और किसानों की जी नाराजगी है वह दूर हो गया। मैं दिनेश गोयल कैमरामैन ओम मजाब के नाल दैनिक सवेरा टीवी दी चंडीगढ़ तो। अलीशा बेगम एक औरत का दुख एक औरत ही समझ सकती है। रूहानी अते काली शक्तियां दी मालकन दुनिया दा सब तो चमत्कारी इल्म मेरे कोल है। मेरे कीते नूं कोई कट नहीं सकदा। काला इल्म करना अते तोड़ना हर एक दे बस दी गल नहीं। परेशानी जिवें लव मैरिज पति पत्नी च झगड़ा सौतन दुश्मन तों छुटकारा तलाक केस बुरे सपने विदेश यात्रा बुरी संगत जां नशा छुड़ाना बीमारी च दवा ना लगना वशीकरण इक सच्चाई है। वशीकरण करवाओ मन चाह प्यार पाओ। की तुहाडी किस्मत च लॉटरी दा योग है जां नहीं सच्चाई जानो। लॉटरी नंबर पाओ भावें 649 होवे जां लोटोमैक्स 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी।
ਜ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਗਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਬਨ ਜਾਂ ਦੁਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।